ਅੱਜ ਬੱਦਲ ਦੇਖੋ ਕਿੰਨਾ ਹੋਇਆ ਵਾ, ਇੱਧਰ ਘੱਟ ਲੱਗਦਾ ਅਜੇ, ਇੱਧਰ ਲੱਗਦਾ ਜ਼ਿਆਦਾ, ਸ਼ਾਇਦ ਬਾਰਿਸ਼ ਆਊਗੀ। ਚਲੋ ਵਧੀਆ, ਬਾਰਿਸ਼ ਆ ਜਾਵੇ, ਮੌਸਮ ਠੰਡਾ ਹੋ ਜਾਊਗਾ ਥੋੜ੍ਹਾ ਜਿਹਾ। ਵੈਸੇ ਵੀ ਬਹੁਤ ਦਿਨ ਹੋ ਗਏ, ਧੁੱਪ ਬਹੁਤ ਤੇਜ਼ ਹੋਈ ਵੀ ਹੈ, ਬੁਰਾ ਹਾਲ ਹੋ ਜਾਂਦਾ ਦੁਪਹਿਰ ਨੂੰ ਗਰਮੀ 'ਚ। ਅਤੇ ਬਾਕੀ ਆਪਾਂ ਰੈਡੀ ਹੁੰਦੇ ਆ, ਰੈਡੀ ਹੋ ਕੇ ਦੁਬਾਰੇ ਮਿਲਦੇ ਆ। ਪਹਾੜ ਵੀ ਥੋੜ੍ਹੇ ਥੋੜ੍ਹੇ ਦਿਖਦੇ ਪਰਾਂ ਵਾਲੀ ਸਾਈਡ, ਧੁੰਦਲੇ ਧੁੰਦਲੇ ਹੋ ਗਏ ਨਾ, ਹੁਣ ਰਾਤ ਨੂੰ ਵੀ ਨਹੀਂ ਲਾਈਟਾਂ ਦਿਖਦੀਆਂ, ਬਲਦੀਆਂ ਜਿਹੜੀ ਦਿਖੀ ਕਰਦੀ ਸੀ ਉਹਦੇ ਪਰ ਪਹਾੜਾਂ ਪਰ, ਧੁੰਦ ਹੀ ਲੱਗੀ ਨਾ ਮੈਂ ਰਾਤ ਨੂੰ, ਹੁਣ ਮੌਸਮ ਚੇਂਜ ਹੋਣ ਲੱਗ ਗਿਆ। ਬੱਦਲ ਦੇਖੋ ਕਿੰਨਾ ਆ ਗਿਆ ਉਸ ਸਾਈਡ 'ਤੇ। ਚਲੋ ਵਧੀਆ, ਆਪਾਂ ਟਾਈਮ ਜਿਹੇ ਨਾਲ ਕੰਮ ਪਰ ਪੁੱਜ ਗਏ, ਹੁਣ ਮੀਂਹ ਪਈ ਹੈ ਵੀ ਜਿੰਨਾ ਪੈਣਾ। ਜਿਹੜੇ ਪੁਲ ਪਰ 'ਤੇ ਅਸੀਂ ਟੱਪ ਕੇ ਆਏ ਨਾ, ਉੱਥੇ ਪਾਣੀ ਆਇਆ ਉਹਦਾ ਕਾਫੀ, ਸ਼ਾਇਦ ਇੱਧਰ ਮੀਂਹ ਪਿਆ ਹੁਣ ਉੱਪਰ ਕਿਤੇ ਪਹਾੜਾਂ 'ਚ। ਅਤੇ ਬਾਕੀ ਆਪਾਂ ਸਮਾਨ ਲਿਆ ਜਿਹੜਾ ਚਾਹੀਦਾ, ਇੱਕ ਡਰਿੱਲ ਲਿਆ ਫਾਲਤੂ, ਇੱਕ ਰੂਟਰ ਲਿਆ ਜਿਹੜਾ ਫਰੇਮ ਜਿਹਨੂੰ ਪੱਲੇ ਨੂੰ ਮਾਰਨਾ, ਫਰੇਮ ਵਾਲੇ ਪੱਲਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਜਣੇ ਵਧੀਆ ਹੋਊਗੇ। ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ, ਨਵੇਂ ਦਿਨ ਦੀ ਸ਼ੁਰੂਆਤ ਕੰਮ ਪਰ ਆ ਕੇ ਹੋਈ ਆ, ਘਰਾਂ ਵੀਡੀਓ ਬਣਾਉਣੀ ਭੁੱਲ ਗਏ, ਲੇਟ ਹੋ ਗਏ ਥੋੜ੍ਹਾ ਜਿਹਾ ਅੱਜ, ਅਤੇ ਤਾਂ ਕਰਕੇ ਸਿੱਧਾ ਕੰਮ ਨੂੰ ਨਿਕਲਿਆ। ਅਤੇ ਮੈਂ ਸੋਚਿਆ ਕੰਮ ਪਰ ਜਾ ਕੇ ਵੀਡੀਓ ਸਟਾਰਟ ਕਰ ਲੂੰਗੇ। ਅਤੇ ਬਾਕੀ ਫਿਟਿੰਗ ਫੁੱਟ ਕੇ ਲਾਉਂਦੇ ਅੱਜ ਦਰਵਾਜ਼ੇ ਦਰੂਜਿਆਂ ਨੂੰ, ਹਿਲਟੀ ਲੈ ਕਹਿਣ ਦੀ, ਹਿਲਟੀ ਵਿੱਕੋਂ ਪਈ ਆ, ਉਹ ਕੱਲ੍ਹ ਲੈ ਆਉਂਗੇ, ਜੇ ਹਿਲਟੀ ਲੈ ਆਉਂਦੇ ਫਿਰ ਬਿੱਟ ਨਾਲਗੜ ਪਏ, ਅਤੇ ਸ਼ਾਮ ਨੂੰ ਮੰਗਾਏ ਬਿੱਟ ਬਾਈ ਦੇ, ਅਤੇ ਬਾਈ ਸ਼ਾਮ ਨੂੰ ਬਿੱਟ ਲਿਆਊਂਗਾ, ਕੱਲ੍ਹ ਹਿਲਟੀ ਚੱਕ ਲਿਆਉਂਗੇ ਸਵੇਰ ਨੂੰ ਆਪਾਂ। ਅਤੇ ਜਿਹੜੇ ਸਰਾਖ ਸਰੂਪ ਪੈਣੇ ਆ ਥੋੜ੍ਹੇ ਬਹੁਤੇ ਉਹ ਪਾ ਦੂੰਗੇ, ਗਲੀ ਵਾਲੇ ਦਰਵਾਜ਼ੇ ਨੂੰ ਬਣੇ ਚਿੜਕਣੀਆਂ ਵਾਲੇ ਬਾਹਰ ਬਾਹਰ, ਬਾਕੀ ਤਾਂ ਪੱਤੀਆਂ ਲੱਗੀਆਂ ਵਾ ਸਾਰੀਆਂ, ਬਾਕੀ ਦੇਖ ਲੈਂਦੇ ਅੱਜ ਕਿੰਨਾ ਕੰਮ ਨਿਬੜਦਾ। ਅਤੇ ਅੱਜ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਵਾ, ਬੱਦਲੇ ਬਦਲ ਹੋਏ ਵਾ ਸਾਰੇ ਪਾਸੇ। ਚਲੋ ਵਧੀਆ, ਕੱਲ੍ਹ ਬੁਰਾ ਹਾਲ ਕਰਿਆ ਵਾ ਗਰਮੀ ਨੇ, ਅੱਜ ਮੌਸਮ ਠੰਡਾ, ਕੰਮ ਕਰਨੇ ਦਾ ਸਵਾਦ ਆਊਗਾ, ਗਰਮੀ 'ਚ ਨਹੀਂ ਕੰਮ ਕੁੰਮ ਹੁੰਦਾ ਹੈਗਾ। ਚਲੋ ਬਾਕੀ ਕਰਦੇ ਕੰਮ ਸ਼ੁਰੂ, ਕੱਲ੍ਹ ਆਹ ਵਾਲੀ ਖਿੜਕੀ ਨੂੰ ਫਿਟਿੰਗ ਲਾ ਕੇ ਤੇ, ਅਤੇ ਕਿੱਧਰ ਕਮਰੇ ਵਾਲੀ ਉਹਨੂੰ ਵੀ ਲਾ ਕੇ ਤੇ, ਇਹ ਤਾਂ ਹੋ ਗਈਆਂ ਵਾ। ਅਤੇ ਉਹ ਰਹਿ ਗਈਆਂ ਚਾਰ ਖਿੜਕੀਆਂ, ਅਤੇ ਕਿਚਨ ਵਾਲੀ ਰਹਿ ਗਈਆਂ, ਉਹ ਦੋ ਸਾਹਮਣੇ ਵਾਲੀਆਂ, ਅਤੇ ਚਾਰ ਇੱਧਰ ਵਾਲੀਆਂ, ਅਤੇ ਇੱਕ ਜਗਾੜ ਇੱਧਰ ਪਈ ਆ, ਇਹਨਾਂ ਨੂੰ ਰਹਿ ਗਈ ਵੀ ਆ। ਪਹਿਲਾਂ ਇਹਨਾਂ ਨੂੰ ਫਿਟਿੰਗ ਲਾ ਲੈਂਦੇ ਆ, ਉਹ ਤੋਂ ਬਾਅਦ ਫਿਰ ਦਰਵਾਜ਼ੇ ਚੜ੍ਹਾ ਕੇ ਦਰਵਾਜ਼ਿਆਂ ਚਿੜਕਣੀ ਚੁੜਕਣੀ ਲਾ ਲੂੰਗੇ। ਕਿਆ ਪੇਜ ਉਹ ਲੱਗਦੀ ਹੈ, ਪੇਜ ਆ ਜਿਹੜਾ ਸਿਰਜ ਆ, ਇਹ ਬੜੇ ਆ ਸਿਰ ਇਹਦੇ, ਤਾਂ ਲੱਗਦੇ ਨਾਲ, ਉਹ ਤਾਂ ਹੀ ਨਹੀਂ ਚਿੜਕਣੀ ਘੁੰਮਦੀ ਹੈਗੀ, ਰਾਡ ਦੇ ਨਾਲ ਲੱਗਣਾ ਜਾਂਦੇ ਆ। ਹਲਕੀ ਹਲਕੀ ਗਈ ਬਾਰਿਸ਼ ਹੋਈ, ਉਹਦੇ ਬਾਅਦ ਫਿਰ ਹਟ ਗਿਆ ਮੀਂਹ, ਮਾੜਾ ਮਾੜਾ ਗਿੱਲਾ ਹੋਇਆ ਹੈ। ਲੱਗੀ ਇਹਨਾਂ ਨੂੰ ਤਾਂ ਬਾਅਦ 'ਚ ਦੇਖੂੰਗੇ ਨਾ, ਜੇ ਪੱਤੀ ਲਾਉਂਗੇ ਪੱਤੀ ਸਾਈਡ ਪਰ ਕਰਾਉਣੀ ਪੈਣੀ ਇਹਨਾਂ ਦੀ। ਉੱਧਰਲੇ ਦੇ ਕਰਦੇ ਨਾਟ, ਕਸਤੇ ਉਹਦੇ ਇਹਦੇ ਹੈਂਡਲ ਲਾ ਦੇ, ਨਾਟ ਨਾਟ ਛੱਡੀ ਨਾ ਕੋਈ, ਲਾ ਦੇ ਬਸ, ਇਹਦੇ ਹੈਂਡਲ ਹੱਥ 'ਚ ਰਹਿ ਜਾਵੇ ਇਹਨਾਂ ਦੇ, ਆਹੀ ਕਰੇਗੀਆਂ ਬਸ ਹੈ ਨਾ।
ਉਹ ਸਾਹਮਣੇ ਬੱਦਲ ਹੋਏ ਹੋਏ ਨੇ ਕਹਿਣ ਲੱਗਦੇ, ਪਹਾੜਾਂ ਕੋਈ ਗਿਰੇ ਵੀ ਥੋੜ੍ਹੇ ਥੋੜ੍ਹੇ ਜਿਹੇ। ਆਵਲੀ ਜਗਾਟ ਨੂੰ ਜਾਲੀ ਵਾਲੀ ਖਿੜਕੀ ਨਾਲ ਲੱਗ ਗਈ, ਅਤੇ ਬਾਅਦ ਪਰਕਲਾਮਾਂ ਰਹਿ ਗਈਆਂ ਦੋ, ਇਹਦੇ ਬਾਅਦ ਸ਼ੀਸ਼ੇ ਵਾਲੀਆਂ, ਉਹਦੇ ਬਾਅਦ ਦੋ ਖਿੜਕੀਆਂ ਉਹ ਰਹਿ ਗਈਆਂ ਮੇਨ, ਬਾਕੀ ਹੋ ਗਈਆਂ ਸਾਰੀਆਂ। ਅਤੇ ਜਿਹੜੇ ਕੂਲਰ ਵਾਲੇ ਪੱਲੇ ਆ ਉਹਨਾਂ ਦੀ ਪੱਤੀਆਂ ਰਹਿੰਦੀਆਂ ਲਵਾਉਣੇ ਨੂੰ, ਉਹ ਦੱਸ ਦੂੰਗੀ ਇਹਨਾਂ ਨੂੰ ਪੱਤੀਆਂ ਲਵਾਉਣੀਆਂ ਪੈਣੀਆਂ। ਜਿਹੜੇ ਬਾਕੀ ਜਿਹੜੇ ਨਹੀਂ ਲੈ ਸਾਈਡਾਂ ਲੰਬੇ ਪੱਲੇ ਆ ਉਹ ਤਾਂ ਕਰਤੀ ਸਾਈਡੀਆਂ ਲੱਗਦੀਆਂ ਚੜ੍ਹਣੀਆਂ ਹੋ ਗਈਆਂ, ਪਹਿਲਾਂ ਇਹਨੂੰ ਫੀਟਿੰਗ ਲਾ ਲੈਂਦੇ ਆ, ਉਹ ਤੋਂ ਬਾਅਦ ਫਿਰ ਉਹ ਕਰਦੇ ਆ ਦਰਵਾਜ਼ੇ ਜਿਹੜਾ ਹੁੰਦੇ ਆ ਦਰਵਾਜ਼ੇ ਪੇਜ ਮਾਰ ਕੇ ਸਾਰਿਆਂ ਨੂੰ ਫਿਰ ਫੀਟਿੰਗ ਲਾਉਂਦੇ ਆ। ਲਓ ਬਈ ਆਹ ਵੀ ਪੱਲਾ ਹੋ ਗਿਆ, ਆਯੂਕਾਂ ਵੀ ਲੱਗ ਗਈਆਂ ਇਹਨੂੰ, ਬਸ ਥੋੜ੍ਹੀ ਬਹੁਤੀ ਪੈਕਿੰਗ ਦੇਣੀ ਚੜ੍ਹਣੀਆਂ ਥੱਲੇ, ਉਹ ਪੱਤੀ ਜਿਹਨੇ ਪੇਜ ਕੱਸ ਕੇ ਬਸ ਸੈਟਿੰਗ ਕਰ ਦੇਣੀ ਇਹਦੀ। ਬਾਕੀ ਕੰਮ ਤਾਂ ਹੋਇਆ ਬਈ, ਫੀਟਿੰਗ ਤਾਂ ਲੱਗ ਗਈ ਵੀ ਹੋਣੀ ਸਾਰੀ, ਬਹੁਤ ਅੱਗੇ ਨਹੀਂ ਰਹਿ ਗਈਆਂ ਖਿੜਕੀਆਂ ਤੋਂ, ਥੋੜ੍ਹਾ ਜਿਹਾ ਕੰਮ ਰਹਿ ਗਿਆ ਵਾ। ਅਤੇ ਦੇਖੀ ਢੱਕਣਾ ਤੋੜ ਦੀ, ਅਤੇ ਚਾਹ ਗਈ ਵੀ ਚਾਹ ਪੀਂਦੇ ਆ, ਚਾਹ ਪੀ ਗਏ ਉਹ ਤੋਂ ਬਾਅਦ ਫਿਰ ਦਰਵਾਜ਼ੇ ਜਿਹੜਾ ਹੁੰਦੇ ਆ ਉਹ ਪਿੱਛੇ ਵਾਲੇ ਜਿਹੜੇ ਪਲਾਈ ਵਾਲੇ ਦਰਵਾਜ਼ੇ ਆ ਉਹ ਵੀ ਖੋਲ੍ਹ ਦੇਣੇ ਆ, ਚੜ੍ਹਾ ਦੇਣੇ ਸਾਰੇ ਜਿਹੜੇ ਹੈਗੇ ਦਰਵਾਜ਼ੇ, ਜਾਲੀ ਵਾਲੀ ਵੀ ਚੜ੍ਹਾ ਦੇਣੇ ਆ। ਬੇੜਾ ਫਰੰਟ ਵਾਲਾ ਜਾਲੀ ਵਾਲਾ ਦਰਵਾਜ਼ਾ ਹੈ ਉਹ ਮਾੜਾ ਜਿਹਾ ਰੁਕ ਕੇ ਚੜ੍ਹਾਉਂਗੇ, ਅਤੇ ਅਦੇਲੇ ਨਾਲ ਵੀ ਚੜ੍ਹਾ ਦੂੰਗੇ ਬਾਅਦ 'ਚ ਚੜ੍ਹਾਉਂਗੇ। ਚਾਹ ਪੀਂਦੇ ਪਹਿਲਾਂ ਯਾਰ, ਅਤੇ ਲਾ ਦਿੰਦੇ ਪੇਜ ਉਹਨਾਂ ਨੂੰ। ਅਤੇ ਜਿਹੜਾ ਮੇਨ ਜਾਲੀ ਵਾਲਾ ਪੱਲਾ ਉਹ ਰੁਕੇ ਚੜ੍ਹਾਉਣਾ ਹੈ, ਕਿਉਂਕਿ ਉਹਦੀ ਸਟੀਲ ਮੰਗਾਈ ਹੋਈ ਆ, ਸਟੀਲ ਸ਼ਾਇਦ ਅੱਜ ਆ ਜਾਣੀ ਆ, ਇਹਨੂੰ ਸ਼ਾਮ ਨੂੰ ਚੜ੍ਹਾ ਦੂੰਗੇ ਆਹ ਪੱਲੇ ਪੁੱਲੇ ਜਾਣ ਚੜ੍ਹਾ ਲੈਂਦੇ ਆ, ਉਹ ਤੋਂ ਬਾਅਦ ਪੇਜ ਪੂਜ ਮਾਰ ਕੇ ਨਾ ਪੱਕੀ ਕਰ ਦਿੰਦੇ ਆਪਾਂ ਨੇ ਗਾਜੇ ਜਿਹੜੇ ਤਿਆਰ ਕਰਕੇ ਰੱਖੇ ਹੋਏ, ਸਟੀਲ ਪਾ ਕੇ ਉਹਦੇ 'ਚ, ਅਤੇ ਜਿਹੜੇ ਕੋਕੇ ਉਹ ਵੀ ਲਿਆ ਕੇ ਰੱਖੇ ਹੋਏ ਅੰਦਰ, ਉਹ ਵੀ ਨਾਲੇ ਕਰ ਦੇਣੇ ਆ। ਫਿਰ ਆਪਣੇ ਕਹਿੰਦੇ ਕੰਮ ਫਾਈਨਲ ਹੋ ਜੂਗਾ ਨਾ, ਬਾਅਦ 'ਚ ਪੈਂਟਰ ਜਾਂ ਪੋਲਿਸ਼ ਕਰਨੀ ਹੋਈ ਆਪੇ ਕਰੀ ਜਾਊਂਗੇ ਉਹ। ਚੱਲ ਵੀ ਪੁਰਾਣੇ ਜਿਹੜਾ ਲਾਉਂਦੇ ਪੇਜ ਉਹਨਾਂ ਪਰਾਲਾ ਪੱਲਾ ਵੀ ਹੋ ਗਿਆ, ਇਹ ਵੀ ਹੋ ਗਿਆ, ਬਸ ਪੇਜ ਭਾਨੇ ਇਹਨੂੰ, ਇਹਦੇ ਬਾਅਦ ਫਿਰ ਉਹ ਪੱਲੇ ਚੜ੍ਹਾ ਲੂੰਗੇ ਦੋ, ਪਲਾਈ ਵਾਲਾ ਪੱਲਾ ਖੋਲ੍ਹ ਦੇਣਾ, ਜਾਲੀ ਵਾਲਾ ਵੀ ਨਾਲ ਚੜ੍ਹਾ ਦੇਣਾ, ਅਤੇ ਅੰਦਰ ਵਾਲਾ ਵੀ ਨਾਲ ਚੜ੍ਹਾ ਲੈਣਾ, ਅਤੇ ਉਹਦੇ ਬਾਅਦ ਇੱਧਰ ਵਾਲੇ ਚੜ੍ਹਾ ਲੂੰਗੇ ਜਿਹੜੇ ਪਿੱਛੇ ਵਾਲੀ ਸਾਈਡ ਆ। ਇੱਧਰ ਵਾਲੇ ਪੱਲੇ ਵੀ ਹੋ ਗਏ ਦੋ, ਅਤੇ ਆਹ ਵੀ ਹੋ ਗਏ ਕਮਰੇ ਵਾਲੇ, ਹੁਣ ਦੋ ਪੱਲੇ ਉਹ ਰਹਿ ਗਏ, ਦੋ ਪੱਲੇ ਉਹ ਲਾ ਕੇ ਉਹਦੇ ਬਾਅਦ ਇੱਕ ਪੱਲਾ ਹੋਰ ਆ ਜਾਣਾ, ਅਤੇ ਇੱਕ ਜਾਲੀ ਵਾਲਾ ਰਹਿ ਜਾਣਾ, ਉਹ ਤੋਂ ਬਾਅਦ 'ਚ ਲਾਉਂਗੇ ਸਟੀਲ ਪਾ ਕੇ, ਪਹਿਲਾਂ ਲਾ ਲੈਂਦੇ ਪਿੱਛੇ ਵਾਲੇ। ਪੱਲਾ ਉਰੇ ਦਾ ਆਹ ਤਾਂ ਜਾਲੀ ਜਿਹੜਾ ਅਸੀਂ ਪਹਿਲਾਂ ਆ ਚੜ੍ਹਾਤਾ ਤਾ, ਅਤੇ ਚੱਕ ਕੇ ਪਰਾਂ ਲੈ ਚੱਲਦੇ, ਹੁਣ ਪਰਾਂ ਨਹੀਂ ਸਾਰੇ ਚੜ੍ਹਾਉਂਦੇ ਇਹਨੂੰ। ਹਾਂ ਇਹਦੇ 'ਚ ਵੱਟ ਤਾ ਜਗਾੜ ਜੀ, ਇਹਦੇ 'ਚ ਇੱਧਰਲਾ ਖੂੰਜਾ ਦੇਖ ਬਾਹਰ ਕੱਢਿਆ ਵਾ, ਉੱਧਰਲਾ ਖੂੰਜਾ ਅੰਦਰ ਕਰਿਆ ਵਾ, ਦੇਖੀ ਇੱਧਰ ਬਾਹਰ ਆ ਕੇ ਦੇਖ। ਇਹ ਪਹਿਲਾਂ ਵੀ ਬਣਾਈ ਦੀ ਮੈਂ ਇਹਦੀ ਵੀਡੀਓ ਇੱਕ ਦਿਨ, ਜਿੱਦਾਂ ਪੱਲਾ ਲੱਗੇ ਉਹਦਾ ਡਟਣ, ਡਰਿੱਲ ਅੰਦਰ ਰੱਖ, ਡਰਿੱਲ ਠੀਕ ਕਰਾਈ ਦੀ, ਠੀਕ ਕਰਾਈ ਦੀ, ਉਹ ਤਾਂ ਹੀ ਉਹਦੇ ਲਿਖਿਆ ਵਾ, ਉਹ ਇੱਧਰ ਇੱਧਰਲਾ ਖੂੰਜਾ ਦੇਖ ਇੰਨਾ ਬਾਹਰ ਆ, ਉੱਧਰਲਾ ਸਮਿੰਟ ਦੇਖ, ਇਹਦੇ ਕਰਕੇ ਫਰਕ ਆਉਂਦਾ, ਜੇ ਉਹ ਖੂੰਜਾ ਬਾਹਰ ਕੱਢ ਦਿੰਦੇ ਉੱਧਰ ਦੇ, ਇੱਧਰ ਤਾਂ ਪੱਲਾ ਬਰਾਬਰ ਆ ਜਾਣਾ ਤਾ ਜਿਹੜਾ ਬਾਹਰ ਰਹਿੰਦਾ, ਉੱਧਰ ਪੱਲਾ ਮਿਲਿਆ ਵਾ ਉੱਪਰ, ਅਰੇ ਇੱਥੇ ਵੀ ਬਾਹਰ ਪੱਲਾ ਬਾਹਰ,
ਪੱਲਾ ਲਾਈ ਮਾੜਾ ਦੇਖਾ, ਹੁਣ ਤਾਂ ਨਹੀਂ ਲੱਗਦਾ ਪਤਾ। ਬਸ ਠੀਕ ਆ, ਬਹੁਤ ਆ ਗਿਆ। ਉੱਪਰ ਥੱਲੇ ਪੇਚ ਲਾਤੇ, ਗੱਬੇ ਵਾਲੇ ਲਾਣੇ ਆ ਇਹਨੂੰ ਮਾੜਾ। ਪਿੱਛੇ ਦੱਬ ਕੇ ਨਾ ਥੋੜ੍ਹੀ ਲਿਆ ਮੜੀ, ਸੱਟ ਵੱਜਣੀ ਕਬਜੇ ਨੂੰ। ਪਿੱਛੇ ਦੱਬ ਕੇ ਫਿਰ ਪੇਚ ਲਾਣੇ ਇਹਨੂੰ, ਅੱਗੇ ਗੈਪ ਘੱਟ ਆ। ਪੱਲੇ ਤਾਂ ਚੜ੍ਹ ਗਏ ਹੁਣ ਸਾਰੇ, ਬਸ ਫਿਟਿੰਗ ਰਹਿ ਗਈ। ਹੁਣ ਇੱਕ ਆ ਰਹਿ ਗਿਆ ਮੇਨ ਪੱਲਾ, ਇੱਕ ਜਲੀ ਵਾਲਾ ਰਹਿ ਗਿਆ ਵਾ। ਜਲੀ ਵਾਲੇ ਪੱਲੇ ਸਟੀਲ ਨਹੀਂ ਆਈ ਹਜੇ ਤੱਕ। ਨਾ ਫੋਨ ਕਰਿਆ ਬਾਈ ਨੇ, ਉਹਨੇ ਕਹਿੰਦਾ ਫੋਨ ਕਰੂੰਗਾ, ਦੱਸਿਆ ਨਹੀਂ ਕੁਛ ਇਹਨਾਂ ਨੇ, ਫੋਨ ਨਹੀਂ ਚੱਕਿਆ। ਫੋਨ ਕਰਿਆ ਤਾ ਬਾਈ ਰਹਿ ਗਏ ਵੇ ਦੋ ਪੱਲੇ, ਬਾਕੀ ਫਿਟਿੰਗ ਲੱਗਣੀ ਸਾਰੀ। ਇੱਧਰ ਵਾਲੇ ਪੱਲੇ ਵੀ ਹੋ ਗਏ ਪਿੱਛੇ ਵਾਲੇ, ਅਤੇ ਬਾਕੀ ਆਪਣਾ ਲੰਚ ਟਾਈਮ ਹੋ ਗਿਆ, ਰੋਟੀ ਖਾਂਦੇ ਆ। ਰੋਟੀ ਖਾ ਕੇ ਉਹਦੇ ਬਾਅਦ ਦੇਖਦੇ ਫਿਰ, ਰੈਸਟ ਕਰਕੇ ਦੁਬਾਰੇ ਲੱਗਦੇ ਕੰਮ ਪਰ। ਇੱਧਰ ਵਾਲੇ ਪੱਲੇ ਵੀ ਫਿਟਿੰਗ ਲੱਗ ਗਈ, ਹੈਂਡਲ ਵੀ ਲਾਤਾ, ਡੋਰ ਕਲੋਜ਼ਰ ਵੀ ਲਾਤਾ, ਅਤੇ ਬਾਕੀ ਖਿੜਕੀਆਂ ਤਾਂ ਹੋ ਗਈਆਂ ਮੈਂ, ਅਤੇ ਉੱਧਰ ਪਿੱਛੇ ਵਾਲਾ ਵੀ ਹੋ ਗਿਆ ਵਾ ਪੱਲਾ। ਇੱਧਰ ਵਾਲਾ ਵੀ ਹੋ ਗਿਆ, ਇਹਨੂੰ ਵੀ ਚਿਟਕਣੀਆਂ ਲੱਗ ਗਈਆਂ ਮੈਂ। ਬਸ ਰਾਖ ਰਹਿ ਗਏ ਜਲੀ ਵਾਲੇ ਪੱਲੇ, ਇਹਨੂੰ ਚਿਟਕਣੀਆਂ ਵਾਲੇ ਮਾਰਨੇ। ਹੈਂਡਲ ਲਾਤਾ, ਡੋਰ ਕਲੋਜ਼ਰ ਲਾਤਾ, ਇੱਧਰ ਵੀ ਉਹ ਪੱਲਾ ਬਾਹਰ ਰਹਿੰਦਾ, ਇਹ ਵੀ ਲਾ ਕੇ ਰੱਖਣਾ ਪੈਣਾ ਤਾਂ ਮਾੜਾ ਸੈੱਟ ਹੋਊਗਾ। ਪਤਾ ਨਹੀਂ ਕਿਹੋ ਜਿਹੇ ਮਿਸਤਰੀ ਯਾਰ, ਬਾਕੀ ਕੰਮ ਤਾਂ ਹੋ ਜਾਵੇ, ਲੋਕਾਂ ਦਾ ਕੰਮ ਰਹਿ ਗਿਆ ਵਾ। ਇੱਕ ਲੋਕ ਇਹਨੂੰ ਲੱਗਣਾ, ਕਿੰਨੇ ਲੋਕ ਲੱਗਣੇ ਟੋਟਲ? ਇੱਕ ਦੋ ਤਿੰਨ ਚਾਰ ਪੰਜ ਛੇ, ਛੇ ਲੋਕ ਲੱਗਣੇ ਟੋਟਲ। ਅਤੇ ਬਾਕੀ ਇੱਧਰ ਵਾਲੇ ਵੀ ਹੋ ਗਿਆ ਵਾ, ਅਤੇ ਉਹ ਪੱਲਾ ਰਹਿ ਗਿਆ ਇੱਕ, ਹੁਣ ਚਿਟਕਣੀ ਲੱਗਣੀ ਹੈ, ਮੈਂ ਚਿਟਕਣੀ ਲੱਗਣੀ ਉੱਪਰ ਥੱਲੇ ਇਹਨੂੰ। ਅਤੇ ਸੀ ਸੀ ਵਾਲੀ ਬੀਡਿੰਗ ਲੱਗੇ ਤਾ ਭਾਨਾ, ਉਰੇ ਐਡਾ ਨਹੀਂ ਹੈਗਾ, ਐਡਾ ਲੈ ਗਿਆ ਬਾਈ ਚੱਕੇ, ਅਤੇ ਜਿਹੜਾ ਦੂਆ ਉਹ ਤਾਂ ਕਟਰ ਤਾਂ ਲਾਲ ਜਾ, ਉਹ ਵੀ ਲੈ ਗਿਆ ਵਾ ਬਾਈ। ਅਤੇ ਹੁਣ ਐਡਾ ਮੰਗਾਉਣਾ ਪੈਣਾ ਬਾਈ, ਅਤੇ ਇਹਨੂੰ ਕੱਲ੍ਹ ਕਰੂੰਗੇ, ਫੋਨ ਕਰੂੰਗੇ ਸ਼ਾਮ ਜਿਹਨੂੰ ਬਾਈ ਨੂੰ। ਅਤੇ ਬਾਕੀ ਕੰਮ ਤਾਂ ਹੋਇਆ ਬਾਈ ਆ, ਆਹ ਵੀ ਪੱਲਾ ਕੱਲ੍ਹ ਚੜਾਉਂਗੇ ਜਦ ਲੋਕ ਲਾਉਂਗੇ ਨਾ, ਇਹਨੂੰ ਪੇਚ ਮਾਰ ਕੇ ਪਹਿਲਾਂ ਇਹਨੂੰ ਵੀ ਲੋਕ ਲਾਉਂਗੇ। ਤੇਰੇ ਕੋਲ ਫੜਾ ਉਹ ਪਿਆ ਗਲਾਸ ਮੇਰਾ, ਕੱਲ੍ਹ ਨੂੰ ਨਿਬੜ ਜਾਣਾ ਕੰਮ, ਕੱਲ੍ਹ ਲੋਕ ਲੂਕ ਆ ਸਾਰੇ ਲੋਕਾਂ ਨੇ ਸੁਰਾਖ ਆ। ਬਾਕੀ ਹੋਰ ਕਿਆ ਕੰਮ ਆ, ਬਸ ਆਹੀ ਆ। ਹਾਂ ਕੱਲ੍ਹ ਜੇ ਲੋਕਾਂ ਵਾਲੀ ਮਸ਼ੀਨ ਲੈ ਕੇ ਆਉਂਗੇ ਨਾ, ਪਹਿਲਾਂ ਹੱਥ ਦਿਲਿਆਂ ਪੱਲਾ ਚੜਾ ਕੇ ਇਹਨੂੰ ਪੇਚ ਪੂਚ ਮਾਰ ਕੇ ਇਹਨੂੰ ਪਹਿਲਾਂ ਲੋਕ ਲਾ ਕੇ ਨਾ ਇਹਨੂੰ ਪੋ ਕਰ ਦੂੰਗੇ, ਫਿਰ ਲੋਕ ਲੱਗਦਾ ਹੋ ਜੂਗਾ ਨਾ। ਚਾਹ ਹੈਗੀ ਵੀ ਆ, ਚਾਹ ਪੀਂਦੇ ਆ, ਉਹਦੇ ਬਾਅਦ ਫਿਰ ਦੇਖਦੇ ਕਿਆ ਕਰਨਾ, ਹੁਣ ਕੰਮ ਦੀ ਚੱਲ ਵੀ ਨਹੀਂ ਹੈਗੀ ਅੱਗੇ ਕੋਈ। ਅਤੇ ਆਹ ਫਰੇਮ ਆ, ਇਹਨੂੰ ਦੇਖ ਲੈਂਦੇ ਜੇ ਫਿੱਟ ਕਰਕੇ ਆਉਣਾ ਪੈਣਾ, ਇਹਦਾ ਵੀ ਗੋਲਾ ਦੇਖਣਾ ਪੈਣਾ, ਪਰਾਂ ਵਾਲਾ ਗੋਲਾ ਆਉਣਾ ਪਾ, ਨਹੀਂ ਸੀਸੇ ਦਾ ਨਾਮ ਵੀ ਲੈਣਾ ਪੈਣਾ, ਸੀਸੇ ਦਾ ਵੀ ਮੈਨੂੰ ਲੱਗਦਾ ਔਖਾ ਹੀ ਆ। ਚਲੋ ਜੀ, ਸੀਸਾ ਛੋਟਾ ਵੀ ਹੋ ਗਿਆ, ਜਦੋਂ ਵੇਲੇ ਪਾਉਣ ਆਉਂਗੇ ਇਹਦਾ ਸਾਈਜ਼ ਦਵਾ ਦੂੰਗੇ, ਨਾਲੇ ਇਹਦਾ ਚੇਂਜ ਕਰ ਦੂੰਗਾ, ਹੋਰ ਪਾ ਦੂੰਗਾ ਸੀਸਾ ਇਹਨੂੰ, ਜੇ ਦੂਆ ਨਹੀਂ ਆਇਆ ਪਹਿਲਾਂ ਵਾਲੀ ਖਿੜਕੀਆਂ ਦਾ। ਬਾਕੀ ਦੇਖਦੇ ਆ, ਚਾਹ ਪੀਂਦੇ ਆ, ਉਹ ਤੋਂ ਬਾਅਦ ਦੇਖਦੇ ਫਿਰ ਕਿਆ ਕਰਨਾ। ਹਾਂ ਕਿਆ ਕਹਿੰਦਾ? ਬਸ ਠੀਕ ਆ, ਠੀਕ ਆ, ਠੀਕ ਆ, ਠੀਕ ਆ। ਇੱਧਰ ਵਾਲੇ ਪੱਲਿਆਂ ਨੂੰ ਤਾਂ ਲਾਤੀਆਂ ਵੀ ਚਿੜੀਆਂ ਚੜਾਉਣੀਆਂ, ਇਹ ਤਾਂ ਹੋ ਗਿਆ ਫਾਈਨਲ। ਬਸ ਜਿਹੜੇ ਰੋਸ਼ਨ ਥਾਨ ਉਹਨਾਂ ਨੂੰ ਲਾ ਦਿੰਦੇ ਆ, ਉੱਪਰ ਵਾਲੇ ਹੈਂਡਲ ਨਹੀਂ ਮਿਲਦੇ ਹੈਗੇ, ਹੈਂਡਲ ਪਤਾ ਨਹੀਂ ਘੱਟ ਤੇ ਕਿਆ ਸੀਨ ਤਾਂ। ਬਾਈ ਨੇ ਮੈਨੂੰ ਲੱਗਦੀ ਸ਼ਾਇਦ ਘੱਟ ਲਿਆਉਂਦੇ ਹੋਣੇ ਹੈਂਡਲ ਖਿੜਕੀਆਂ ਵਾਲੇ, ਬਾਈ ਨੇ ਰੋਸ਼ਨ ਥਾਨ ਦੇਖੇ ਨਹੀਂ ਨਾ ਹੁਣੇ, ਜਿਹੜੇ ਦੂਜੀਆਂ ਖਿੜਕੀ ਨੇ ਮੇਨ ਮੇਨ।
ਉਹਨਾਂ ਦਾ ਲਿਆਉਂਦੇ ਵੀ ਉੱਪਰ ਲਿਆਉਂਦੇ ਵੀ ਨਹੀਂ ਹੈਗੇ, ਹੁਣ ਦੇਖਦੇ ਆ ਉਰੇ ਵੀ ਨਹੀਂ ਹੈਗੇ ਬਾਹਰ ਲੱਗ ਗਏ, ਮਤਲਬ ਹੈਂਡਲ ਖਤਮ ਹੋ ਗਏ ਵੀ। ਹੈਂਡਲ ਹੈ ਨਹੀਂ, ਖਤਮ ਹੋ ਗਏ ਵੇ ਆ ਜਾਲੀ ਜਣੇ ਲਾਏ ਹੈਂਡਲ, ਕਿਸੇ ਨੂੰ ਵੀ ਨਹੀਂ ਲੱਗੇ। ਫੜਾਉਂਦਾ ਖੜਦਾ ਇੱਕ ਮਿੰਟ ਰੁਕ ਜਾ, ਕੋਈ ਨੀ ਉਹ ਤਾਂ ਲਾ ਦੇ ਚਿੜਕਣੀ ਤੇਰੇ ਪੈਰਾਂ 'ਚ ਪਈਆਂ ਸੀਸੇ ਨਾਲ ਲਾ ਦੇ ਚਿੜਕਣੀਆਂ, ਕਾਹਤੇ ਟੇਡੀਆਂ ਕਰਕੇ ਲਾ ਦੇ, ਟੇਡੀਆਂ ਕਰਕੇ ਲਾ ਦੇ ਚਿੜਕਣੀਆਂ। ਇਹ ਸੇਲ ਲੱਗੀ ਵੀ, ਸੇਲ ਤੇ ਪਹਿਲਾਂ ਮੰਗਾਇਆ ਨਾ, ਸੇਲ ਜੈਸਾ ਹੀ ਹੈ ਠੀਕ ਹੈ ਨਾ, ਪਤਾ ਨਹੀਂ ਹੁਣ ਕੁਆਲਿਟੀ ਦੇਖਣੀ ਪੈਣੀ ਇਹਦੀ ਕਿੱਦਾਂ ਦੀ ਹੈ। ਵਧੀਆ ਦੀ ਰੇਟਿੰਗ ਵਧੀਆ ਦੀਦੀ, ਮਾਰਤੀ ਛਿੱਕ ਪਹਿਲਾਂ ਹੀ ਕਰਤਾ ਬੇੜਾ ਕਰਕੇ ਸਾਰੇ ਕੰਮ ਦਾ। ਲੋ ਬਈ ਲੋ ਫਾਈਨਲੀ, ਵਾਹ 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 ਬੇਟੇ ਮੌਜ ਕਰਦੀ। ਇਹਦੇ ਵਾਸਤੇ ਮੰਗਾਇਆ ਇਹ, ਮਸ਼ਹੂਰ ਹੈਗਾ ਇਹ, ਇੱਦਾਂ ਹੀ ਆਇਆ ਇਹ, ਇਹਨੂੰ ਜੋੜਨਾ ਸਾਰਿਆਂ ਨੂੰ ਪੈਪੂ ਵੀ ਇਕੱਠੇ ਕਰਕੇ, ਕਿੱਦਾਂ ਜਿਵੇਂ ਦੇਖਣਾ ਪੈਣਾ ਨਾ ਉਹਦੇ ਉਹਦੇ ਵਿੱਚ ਲਾਉਣਾ ਹੁਣ ਹੈ ਨਾ, ਬਾਕੀ ਇਹਨੂੰ ਜੋੜਦੇ ਆ, ਜੋੜ ਕੇ ਫਿਰ ਦਿਖਾਉਂਦੇ ਇਹਨੂੰ ਵੀ ਕਿੱਦਾਂ ਲੱਗਦਾ ਇਹ, ਵੀ ਦੱਸਿਓ ਤੁਹਾਨੂੰ ਵਧੀਆ ਲੱਗਿਆ ਕਿ ਨਹੀਂ। ਪੈਪ ਤਾਂ ਹਲਕੇ ਹੀ ਹੈ ਨਾ, ਠੀਕ ਹੈ ਨਾ, ਕਿੰਨੇ ਦਾ ਤਾਂ ਇਹ, ਚਲੋ ਕੋਈ ਨਹੀਂ ਆ, ਪਹਿਲਾਂ ਜੋੜਦੇ ਇਹਨੂੰ ਉਹਦੇ ਬਾਅਦ ਫਿਰ ਦਿਖਾਉਂਦੇ ਆ। ਲਓ ਬਈ ਵਾਰ ਵਾਰ ਦਾ ਤਾਂ ਹੋ ਗਿਆ ਫਰੇਮ ਆ ਸੱਟ, ਇਹ ਉਹ ਕਵਰ ਜਿਹਾ ਇੱਦਾਂ ਹੀ ਪੈਣਾ ਬਸ ਆਪਾਂ, ਤੇ ਇੱਕ ਸਾਈਡ 'ਤੇ ਜਿੱਪ ਖੁੱਲਦੀ ਇਹਨਾਂ ਦੀ, ਬਾਕੀ ਸਾਰਾ ਕਵਰ ਹੋ ਜਾਣਾ, ਅਤੇ ਆਹ ਤਾਂ ਵਿੱਚੇ ਪਿਆ ਰਹਿੰਦਾ ਜਿਹੜੀ ਰਾਣਾ ਜੀ ਦੀਆਂ, ਇਹ ਤਾਂ ਠੀਕ ਆ। ਬੰਬੂ ਦੇ ਰੱਖੋ ਆਪਣੇ ਬੂਟ ਬਾਟ ਜਿਹੜੇ ਰੱਖਣੇ ਆ, ਉਹਦੇ ਬਾਅਦ ਜਿੱਪ ਲਾ ਦਿਓ, ਅੰਡਰਗਰਾਊਂਡ ਕਰ ਦਿਓ ਕੰਮ, ਠੀਕ ਨਹੀਂ ਬੱਚੋ। ਯੈਸ ਅਬ ਤੋ ਨਵੀਂ ਨਵੀਂ ਬੋਲਦੀ ਹੈ, ਚੈਸ ਅਬ ਆਪ ਲੈ ਸਕਤੇ ਹੈ ਯੇ ਸ਼ੂ ਰੈਕ। ਦਸ ਮੇ ਸੇ ਕਿਤਨੇ ਨੰਬਰ ਦੋਗੇ, ਦਸ ਦਸ ਮੇ ਸੇ ਕਿਤਨੇ ਨੰਬਰ ਦੋਗੇ, ਦਸ ਦਸ ਮੇ ਸੇ ਕਿਤਨੇ ਨੰਬਰ ਦੋਗੇ, ਕਿੰਨੇ ਨੰਬਰ ਦੋਗੇ ਦਸ 'ਚ ਤੇ, ਦਸ। ਲਓ ਬਾਈ ਇਹ ਤਾਂ ਹੋ ਗਿਆ ਬੰਦ ਇੰਡੀਆ ਗੇਟ, ਠੀਕ ਆ ਨਾ। ਚਲੋ ਇਹਦੇ ਜਿਹੜੇ ਮੈਂ ਆਪਣੇ ਨਵੇਂ ਸ਼ੂ ਲਿਆ ਕੇ ਨਾ ਉਹ ਰੱਖੂੰਗਾ, ਨਵੇਂ ਰੱਖਣੇ ਇਹਦੇ ਸਾਰੇ। ਓਏ ਕਿੱਡਾ ਬੜਾ ਹੋ ਗਿਆ ਚੂਚਾ ਸਾਡਾ, ਪਹਿਲਾਂ ਛੋਟਾ ਜਿਹਾ ਹੁੰਦਾ, ਕਲੀਆਂ ਹੀ ਦੇਖੋ ਕਿੰਨੀ ਕੱਢਦੀ ਨੇ ਲਾਲ ਲਾਲ।